ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਉੱਪਰ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਅਸੀਂ ਪੀ ਐੱਸ ਟੈਟ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਇੰਪੋਰਟੈਂਟ ਨੋਟਸ ਜਿਹੜੇ ਨੇ ਅਪਲੋਡ ਕਰਦੇ ਨੇ, ਜਿਸ ਦੇ ਵਿੱਚ ਚਾਇਲਡ ਡਿਵੈਲਪਮੈਂਟ, SST, ਪੰਜਾਬੀ ਪੈਡਾਗੋਜੀ, ਪੰਜਾਬੀ ਵਿਆਕਰਨ ਔਰ EVS ਦੇ ਇੱਕ ਇੱਕ ਟੋਪਿਕ ਦੇ ਵੀ ਜਿਹੜੇ ਨੇ ਅਪਲੋਡ ਕੀਤੇ ਹੋਏ ਨੇ ਜੀ ਨੋਟਸ। ਔਰ ਇਸ ਤੋਂ ਇਲਾਵਾ ਜਿਹੜਾ ਹੈ ਬਹੁਤ ਸਾਰੇ ਪ੍ਰੈਕਟਿਸ ਸੈੱਟ ਵੀ ਅਪਲੋਡ ਕੀਤੇ ਹੋਏ ਨੇ, ਜਿਸ ਦੇ ਵਿੱਚ ਅਸੀਂ ਚਾਇਲਡ ਡਿਵੈਲਪਮੈਂਟ ਦੇ 60 ਔਰ ਹਿਸਟਰੀ, ਜੋਗ੍ਰਾਫੀ ਔਰ ਸਵਿਕਸ ਦੇ ਜਿਹੜੇ ਨੇ 25-25 ਪ੍ਰੈਕਟਿਸ ਸੈੱਟ ਅਪਲੋਡ ਕੀਤੇ ਜਾ ਚੁੱਕੇ ਨੇ, ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ PSTET ਦੀ ਪ੍ਰੈਪਰੇਸ਼ਨ ਹੈ ਕਰ ਸਕਦੇ ਹੋ। ਚਾਇਲਡ ਡਿਵੈਲਪਮੈਂਟ ਪੰਜਾਬੀ ਪੈਡਾਗੋਜੀ ਔਰ ਵਿਆਕਰਨ ਦੇ ਵੀ ਕਾਫੀ ਜ਼ਿਆਦਾ ਪ੍ਰੈਕਟਿਸ ਸੈੱਟ ਵੀ ਅਪਲੋਡ ਨੇ ਔਰ ਫੁੱਲ ਡਿਟੇਲ ਦੇ ਵਿੱਚ ਵੀ ਵੀਡੀਓ ਅਪਲੋਡ ਨੇ। ਸੋ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ PSTET ਦੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ। CTET ਲਈ ਵੀ ਉਹ ਵੀਡੀਓ ਜਿਹੜੀਆਂ ਨੇ ਕਾਫੀ ਹੈਲਪਫੁੱਲ ਨੇ ਜੀ। ਔਰ ਐਜੂਕੇਸ਼ਨਲ ਵੀਡੀਓ ਦੇ ਨਾਲ ਨਾਲ ਅਸੀਂ ਕੋਈ ਵੀ ਜਿਹੜੀ ਇਨਫੋਰਮੇਸ਼ਨ ਰਿਲੇਟਡ ਵੀਡੀਓ ਹੁੰਦੀਆਂ ਨੇ ਉਹ ਵੀ ਅਪਲੋਡ ਕਰਦੇ ਹਾਂ ਜੀ, ਜਿਸ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਰਿਲੇਟਡ ਹੈ ਜੀ BEd ਐਂਟਰੈਂਸ ਟੈਸਟ ਦੇ ਨਾਲ। ਜਿਹੜੇ ਵਿਦਿਆਰਥੀ BEd ਕਰਨਾ ਚਾਹੁੰਦੇ ਨੇ ਜੀ, ਉਹਨਾਂ ਵਾਸਤੇ ਜਿਹੜਾ ਹੈ BEd ਐਂਟਰੈਂਸ ਟੈਸਟ ਹੈ ਜਿਹੜਾ 21 ਜੁਲਾਈ ਨੂੰ ਹੋਣ ਜਾ ਰਿਹਾ ਜੀ। ਔਰ ਇਸ ਦੇ ਲਈ ਜਿਹੜੀਆਂ ਇੰਪੋਰਟੈਂਟ ਡੇਟਸ ਨੇ, ਅਵੇਲੇਬਿਲਿਟੀ ਆਫ ਐਪਲੀਕੇਸ਼ਨ ਫੋਰਮ ਔਨ PU ਸਾਈਟ ਦੇ ਉੱਤੇ ਜਿਹੜੀਆਂ ਹੋਣਗੀਆਂ ਜੀ ਪੰਜਾਬ ਯੂਨੀਵਰਸਿਟੀ 'ਤੇ, ਉਹ 17 ਜੂਨ ਤੋਂ ਜਿਹੜੇ ਐਪਲੀਕੇਸ਼ਨ ਫੋਰਮ ਨੇ ਉਹ ਅਵੇਲੇਬਲ ਹੋਣਗੇ। ਔਰ ਲਾਸਟ ਡੇਟ ਜਿਹੜੀ ਹੋਏਗੀ ਇਨਫੋਰਮੇਸ਼ਨ ਫਿਲ ਕਰਨ ਦੀ, ਅਪਲੋਡ ਕਰਨ ਦੀ, ਉਹ 15 ਜੁਲਾਈ ਹੋਏਗੀ। ਔਰ ਉਸ ਤੋਂ ਬਾਅਦ ਜਿਹੜੇ ਐਡਮਿਟ ਕਾਰਡ ਨੇ ਜੀ ਉਹ 17 ਜੁਲਾਈ ਤੋਂ ਅਵੇਲੇਬਲ ਹੋਣਗੇ। ਔਰ ਇਸ ਤੋਂ ਇਲਾਵਾ ਐਂਟਰੈਂਸ ਟੈਸਟ ਦਾ ਸਿਲੇਬਸ ਵਗੈਰਾ ਕੀ ਹੋਊਗਾ ਔਰ ਜੋ ਵੀ ਹੋਰ ਲੇਟੈਸਟ ਇਨਫੋਰਮੇਸ਼ਨ ਹੋਏਗੀ ਉਸ ਦੇ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਉਹ ਵੀ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ ਕਿ ਕਿਹੜਾ ਜਿਹੜਾ ਹੈ ਸਿਲੇਬਸ ਹੋਏਗਾ ਐਂਟਰੈਂਸ ਟੈਸਟ ਦੇ ਲਈ, ਜੋ ਕਿ ਹੋਣਾ 21 ਜੁਲਾਈ ਨੂੰ, ਔਰ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਟੈਸਟ ਨੂੰ ਜਿਹੜਾ ਹੈ ਕਲੀਅਰ ਕਰ ਸਕਦੇ ਹੋ। ਸੋ ਹੋਰ ਵੀਡੀਓ ਦੇ ਲਈ, ਲੇਟੈਸਟ ਇਨਫੋਰਮੇਸ਼ਨ ਦੇ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਕਰ ਦੇਣਾ ਜੀ। ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।